ਹਾਂਜੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਵਰਲਡ ਪੋਸਟ ਇੰਡੀਆ ਚੈਨਲ ਦੇਖ ਰਹੇ ਤਮਾਮ ਦਰਸ਼ਕਾਂ ਦਾ ਮੇਰੇ ਵੱਲੋਂ ਯਾਨੀ ਕਿ ਲਵ ਗਿੱਲ ਸ਼ਾਹ ਵੱਲੋਂ ਅਸੀਂ ਕਰਦੇ ਹਾਂ ਜੀ ਬਹੁਤ ਬਹੁਤ ਸਵਾਗਤ। ਸੋ ਜਿਵੇਂ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਕਿ ਇਸ ਟਾਈਮ ਜਿਹੜਾ ਵਾ ਪੰਜਾਬ ਦੇ ਵਿੱਚ ਕੜਾਕੇ ਦੀ ਜਿਹੜੀ ਠੰਡ ਆ ਹੱਦੋਂ ਵੱਧ ਜ਼ੋਰ ਵਿਖਾ ਰਹੀ ਹੈ ਅਤੇ ਬੜੀ ਹੀ ਜਿਹੜੀ ਲੋਕ ਨੇ ਉਹ ਦੇਖਿਆ ਜਾ ਰਿਹਾ ਵੀ ਇਸ ਕੜਾਕੇ ਦੀ ਠੰਡ ਦੇ ਵਿੱਚ ਜਿਹੜਾ ਵਾ ਵੱਧਦੀ ਹੋਈ ਧੁੰਦ ਦਾ ਜਾਂ ਵੱਧਦੀ ਹੋਈ ਸਰਦੀ ਦਾ ਸਾਹਮਣਾ ਕਰ ਰਹੇ ਨੇ। ਪਰ ਕਹਿੰਦੇ ਆ ਨਾ ਜੀ ਇਸ ਪੰਜਾਬ ਦੀ ਧਰਤੀ ਉੱਤੇ ਬੜੇ ਨੇਕ ਉਪਰਾਲੇ ਦੇ ਕਾਰਜ ਵੀ ਕਰਨ ਵਾਲੇ ਜਿਹੜੇ ਨੇ ਉਹ ਵੀ ਜੀ ਮੌਜੂਦ ਹੈਗੇ ਨੇ। ਇਸੇ ਤਰ੍ਹਾਂ ਦਾ ਇੱਕ ਨੇਕ ਉਪਰਾਲਾ ਸਾਨੂੰ ਸ਼ਹਿਰ ਅੰਮ੍ਰਿਤਸਰ ਦੇ ਇਲਾਕਾ ਮਕਬੂਲਪੁਰੇ ਦੇ ਵਿੱਚ ਦੇਖਣ ਨੂੰ ਮਿਲਿਆ, ਜਿੱਥੇ ਕਿ ਲੰਬੇ ਸਮੇਂ ਤੋਂ ਸਿਆਸਤ ਦੀ ਸੇਵਾ ਕਰਦੇ ਆ ਰਹੇ ਨੇ। ਮੈਂ ਗੱਲ ਕਰਨੀ ਚਾਹਾਂਗਾ ਕਾਮਰੇਡ ਤਰਸੇਮ ਸਿੰਘ ਪੋਲਾ ਜੀ, ਜੋ ਕਿ ਸੰਨ 1997 ਵਿੱਚ ਇਲਾਕਾ ਮਕਬੂਲਪੁਰੇ ਦੇ ਕੌਂਸਲਰ ਰਹੇ ਅਤੇ ਲੰਬੇ ਸਮੇਂ ਤੋਂ ਜਿਹੜਾ ਵਾ ਇਲਾਕੇ ਦੀ ਸੇਵਾ ਕਰਦੇ ਆ ਰਹੇ ਨੇ। ਸੋ ਅੱਜ ਜਿਹੜਾ ਇਹ ਸਿੱਟਾ ਦੇਖਣ ਨੂੰ ਮਿਲਿਆ ਕਿ ਉਹਨਾਂ ਵੱਲੋਂ ਅਨੇਕਾਂ ਹੀ ਬੀਬੀਆਂ ਜਿਹੜੀਆਂ ਸੀ ਵਿਧਵਾ ਭੈਣਾਂ ਸੀ ਉਹਨਾਂ ਨੂੰ ਸ਼ੋਲ ਜਿਹੜੇ ਸੀ ਉਹ ਭੇਟ ਕੀਤੇ ਗਏ ਅਤੇ ਇਹ ਸ਼ੋਲਾਂ ਦੀ ਸੇਵਾ ਕੀਤੀ। ਤਾਂ ਅਸੀਂ ਗੱਲਬਾਤ ਕਰਨੀ ਚਾਹਾਂਗੇ, ਸਾਡੇ ਨਾਲ ਤਰਸੇਮ ਸਿੰਘ ਪੋਲਾ ਜੀ ਮੌਜੂਦ ਨੇ। ਸਰ ਕਿਵੇਂ ਦੇਖਦੇ ਹੋ ਸਾਰਾ ਮਸਲਾ ਜਿਹੜਾ ਅੱਜ ਸੇਵਾ ਕੀਤੀ ਗਈ ਆ, ਪਹਿਲਾਂ ਕਦੀ ਨਹੀਂ ਕਿਸੇ ਵੱਲੋਂ ਕੀਤੀ, ਤੁਸੀਂ ਲੰਬੇ ਸਮੇਂ ਤੋਂ ਰਹੇ ਹੋ ਸਿਆਸਤ ਦੇ ਵਿੱਚ, ਕਿਵੇਂ ਮਨ ਦੇ ਵਿੱਚ ਇਹ ਫੁਰਨਾ ਫੁਰਿਆ? ਵੇਖੋ ਜੀ, ਮੇਰੀ ਟੀਮ ਜਿਹੜੀ ਹੈ ਨਾ ਜੀ, ਉਹ ਅਸੀਂ ਹਰ ਇੱਕ ਨੂੰ ਜਿਹਦੇ ਕੋਈ ਝਗੜਾ ਹੋਵੇ, ਜਿਹਦੇ ਕੋਲ ਨਾ ਪੈਸੇ ਹੋਣ, ਅਸੀਂ ਉਹਦੇ ਮਗਰ ਵੀ ਹੈ, ਕੋਈ ਕਿਸੇ ਦੀ ਕੁੜੀ ਦਾ ਵਿਆਹ ਹੋਵੇ ਉਹ ਵੇਖੀਦਾ ਵੀ ਇਹਦੇ ਕਿੰਨੇ ਆਉਂਦੇ ਆ। ਮੈਂ ਨਹੀਂ ਕਰਦਾ, ਮੇਰੀ ਟੀਮ ਕਰਦੀ ਆ। ਮੇਰੇ ਕੋਈ ਸੱਜਣ ਮਿੱਤਰ ਆ, ਉਹਨਾਂ ਨੂੰ ਕਹਿ ਦਈਦਾ ਵੀ ਇੱਥੇ ਆ ਕਰਨਾ, ਹਾਂਜੀ ਉਹ ਕਰ ਦਿੰਦੇ ਆ। ਮੈਂ ਆਪਣੀ ਟੀਮ ਦਾ ਔਰ ਮੇਰੀਆਂ ਜਿਹੜੀਆਂ ਭੈਣਾਂ ਆ, ਮੇਰੀਆਂ ਮਾਤਾ ਮੇਰਾ ਬਹੁਤ ਸਾਥ ਦਿੰਦੀਆਂ ਜੀ। ਜੇ ਇਹਨਾਂ ਨੂੰ ਕਣਕ ਦਾ ਕੋਈ ਮਸਲਾ ਹੋਵੇ ਤਾਂ ਉੱਥੇ ਵੀ ਆਪਾਂ ਖੜ੍ਹੇ ਹੋਈਦਾ, ਇਹ ਮੇਰੇ ਨਾਲ ਖੜ੍ਹੀ ਹੁੰਦੀ ਹੈ। ਕੋਈ ਬਿਜਲੀ ਦਾ ਮਸਲਾ ਹੋਵੇ ਉੱਥੇ ਵੀ ਖੜ੍ਹੇ ਹੋਈਦਾ। ਅਸੀਂ ਪ੍ਰਭੂ ਦਾ ਧੰਨਵਾਦ ਕਰਦੇ ਹਾਂ ਕਿ ਜਿਹੜੀ ਸਾਡੇ ਮਨ ਦੇ ਵਿੱਚ ਇਹ ਸਿੱਖਿਆ ਦਿੱਤੀ ਹੈ ਵੀ ਲੋਕਾਂ ਦਾ ਭਲਾ ਕਰਨਾ, ਹਾਂਜੀ ਭਲਾ ਕਰੋ, ਮਾੜਿਆਂ ਦੀ ਸੇਵਾ ਕਰਨੀ ਹੈ। ਇਹ ਸਾਡੇ ਜਿਹੜੇ ਆ ਨਾ, ਪਹਿਲੇ ਵੀ ਸਾਡੇ ਜਿਹੜੇ ਆ ਬਜ਼ੁਰਗ ਇੱਦਾਂ ਕਰਦੇ ਰਹੇ ਆ ਵੀ ਭਾਵੇਂ ਆਪਣੇ ਕੋਲੋਂ ਨਹੀਂ, ਆਪਣੇ ਸੱਜਣਾ ਮਿੱਤਰਾਂ ਨੂੰ ਕਹਿ ਦਿੰਦੇ ਆ। ਹੁਣ ਮੇਰੇ ਕੋਈ ਸੱਜਣ ਆ ਇੱਥੇ ਫੋਕਲ ਪੈਣ 'ਚ, ਮੈਂ ਉਹਨਾਂ ਨੂੰ ਕਿਹਾ ਬੀਬੀ ਨੂੰ ਛਾਲਾ ਵੰਡਣੀ ਆ, ਉਹਨਾਂ ਕਿਹਾ ਮੈਨੂੰ ਸੇਵਾ ਦੱਸੋ, ਉਹਨਾਂ ਮੈਂ ਕਿਹਾ ਵੀ ਛਾਲਾ ਦੇ ਦਿਓ, ਹਾਂਜੀ ਉਹਨਾਂ ਛਾਲਾ ਦੇਤੀਆਂ। ਇੱਦਾਂ ਪੁਲਿਸ ਅਫਸਰ ਵੀ ਆ, ਉਹ ਵੀ ਮੇਰੀ ਮਦਦ ਕਰ ਦਿੰਦੇ ਆ। ਉਹਨਾਂ ਨੂੰ ਇਹ ਪਤਾ ਅੱਜ ਦਾ SHO ਨਮੋਦ ਜੀ ਆ, ਮਕਬੂਲਪੁਰੇ ਦੇ SHO ਆ ਸਾਹਿਬ, ਇਹਨਾਂ ਨੂੰ ਮੈਂ ਕਿਹਾ ਇਹਨਾਂ ਵੀ ਗੱਲ ਸੁਣੋ ਮੇਰੀ, ਤਿਲ ਫੁੱਲ ਜਿਹੜਾ ਆਪਣੀ ਸੰਯੋਗ 'ਚੋਂ ਇਹਨਾਂ ਦਿੱਤਾ, ਕਿਉਂਕਿ ਇਹਨਾਂ ਦਾ ਮੁੰਡਾ ਬਹੁਤ ਐਕਟਰ ਆ ਫਿਲਮਾਂ ਦੇ ਵਿੱਚ, ਹਾਂਜੀ ਉਹ ਵੀ ਸੇਵਾ ਕਰਦੇ ਆ। ਉਹ ਇੱਥੇ ਮਕਬੂਲਪੁਰੇ ਦੇ ਵਿੱਚ ਅਸੀਂ ਜਿਹੜੀ ਆ ਪ੍ਰਭੂ ਦੀ ਕਿਰਪਾ ਨਾਲ 400 ਛਾਲ ਵੰਡਣੀ ਆ। ਅਸੀਂ ਪਹਿਲੇ ਆਉਂਦੀ ਆ ਆਪਣਾ 4 ਨੰਬਰ ਗਲੀ, ਇਹ 1 ਤੋਂ ਲੈ ਕੇ 4 ਨੰਬਰ ਗਲੀ ਤੱਕ, ਔਰ 9 'ਚ ਵੰਡੀ ਆ। ਅੱਜ ਇੱਥੇ ਜਿਹੜੀ ਆ ਸਾਡੀ ਮਾਤਾ ਬੀਬੀ ਭਗਵੰਤ ਕੌਰ ਅਤੇ ਸਾਡੇ ਉਹ ਗੁਰਮੀਤ ਕੌਰ ਜੀ ਆ ਜਿਹੜੇ ਇੱਥੋਂ ਦੀ ਸੇਵਾ ਕਰਦੇ ਆ, ਉਹਨਾਂ ਨੇ ਨਾ ਲਿਸਟ ਬਣਾ ਕੇ ਦਿੱਤੀ ਆ ਜਿੰਨੇ ਲਿਸਟ 'ਚ ਆਏ ਆ ਜਿਹੜੀਆਂ ਸਾਡੀਆਂ ਭੈਣਾਂ ਅਤੇ ਮਾਤਾ ਆਈਆਂ, ਉਹਨਾਂ ਨੂੰ ਛਾਲਾ ਦਿੱਤੀਆਂ। ਤੁਹਾਡਾ ਵੀ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਕਿ ਜਿਹੜਾ ਲੋਕਾਂ ਨੂੰ ਇਹ ਪ੍ਰੇਰਨਾ ਤੁਸੀਂ ਕਰਦੇ, ਤੁਹਾਡਾ ਚੈਨਲ ਜਿਹੜਾ ਲੋਕਾਂ ਨੂੰ ਸੇਵਾ ਭਾਵਨਾ ਦੀ ਗੱਲ ਕਰਦਾ ਵੀ ਤੁਸੀਂ ਲੋਕਾਂ ਦੀ ਸੇਵਾ ਕਰੋ ਔਰ ਸੇਵਾ ਕਰੋਗੇ ਤਾਂ ਮੇਵਾ ਮਿਲੇਗਾ। ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਸੋ ਤੁਸੀਂ ਦੇਖ ਸਕਦੇ ਹੋ ਕਿ ਆਪਣਾ ਮੈਂ ਕੈਮਰਾਮੈਨ ਵੀਰ ਨੂੰ ਕਹੂੰਗਾ ਕਰੀ ਝਾਤੀ ਮਰਾ ਦੇ, ਅਤੇ ਇਹ ਸਾਡੀਆਂ ਭੈਣਾਂ ਸੀ ਜਿਹੜੀਆਂ ਆਈਆਂ ਸੀ ਇਲਾਕਾ ਮਕਬੂਲਪੁਰੇ ਦੇ ਵਿੱਚ, ਕਾਫੀ ਆਪਣਾ ਬਾਹਰ ਵੀ ਖੜੀਆਂ ਨੇ ਆਪਣਾ ਇੱਧਰ ਦਿਖਾ ਸਕਦੇ ਹਾਂ। ਤਾਂ ਇਹਨਾਂ ਸਾਰੀਆਂ ਭੈਣਾਂ ਨੂੰ ਇਹਨਾਂ ਮਾਵਾਂ ਨੂੰ ਜਿਹੜਾ ਵਾ ਸ਼ੋਲ ਜਿਹੜੇ ਆ ਉਹ ਭੇਟ ਕੀਤੇ ਗਏ ਇਸ ਕੜਾਕੇ ਦੀ ਠੰਡ ਦੇ ਵਿੱਚ। ਤਾਂ ਕਹਿ ਰਹੇ ਨੇ ਬੜੀ ਖੁਸ਼ੀ, ਦਿਲ ਨੂੰ ਮਨ ਨੂੰ ਬੜੀ ਖੁਸ਼ੀ ਮਿਲਦੀ ਆ ਕਿ ਜਦੋਂ ਇੰਨਾ ਵਧੀਆ ਜਿਹੜਾ ਕਾਰਜ ਆ ਉਹ ਸਾਰੇ ਜਦੋਂ ਕਰਦੇ ਨੇ ਬੜੀ ਰੂਹ ਨੂੰ ਜਿਹੜੀ ਆ ਉਹ ਖੁਸ਼ੀ ਮਿਲਦੀ ਹੈ। ਅਤੇ ਇਸ ਤੋਂ ਇਲਾਵਾ ਆਪਾਂ ਦੇਖ ਸਕਦੇ ਹਾਂ ਸਾਡੇ ਕੋਲੋਂ ਜਿਹੜੇ ਪ੍ਰਧਾਨ ਸੰਨੀ ਸੌਂਤਾ ਜੀ ਵੀ ਜਿਹੜੇ ਨੇ ਉਹਨਾਂ ਦੇ ਬੇਟੇ ਜਿਹੜੇ ਨੇ ਉਹ ਵੀ ਸਾਡੇ ਕੋਲ ਮੌਜੂਦ ਹੈ, ਅਸੀਂ ਉਹਨਾਂ ਲਈ ਵੀ ਗੱਲਬਾਤ ਜਿਹੜੀ ਆ ਉਹ ਕਰਨੀ ਚਾਹਾਂਗੇ। ਪ੍ਰਧਾਨ ਸਾਹਿਬ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ।
ਜੀ ਸਾਰਿਆਂ ਨੂੰ ਮੇਰੇ ਵੱਲੋਂ ਜੀ। ਅੱਜ ਜਿਹੜਾ ਕਾਮਰੇਡ ਭੋਲਾ ਜੀ ਨੇ ਜਿਹੜਾ ਉਪਰਾਲਾ ਕੀਤਾ ਬਹੁਤ ਸ਼ਲਾਘਾਯੋਗ ਉਪਰਾਲਾ ਆ ਜੀ, ਅਤੇ ਮੈਂ ਇਹਨਾਂ ਬੀਬੀਆਂ ਦਾ ਵੀ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ਇੰਨਾ ਮਾਣ ਬਖਸ਼ਿਆ, ਅਤੇ ਬੀਬੀ ਭਗਵੰਤੀ ਕੌਰ ਜੀ ਦੇ ਗ੍ਰਹਿ ਵਿਖੇ ਉਪਰਾਲਾ ਕਰ ਰਹੇ ਹਾਂ, ਅਤੇ ਮੈਂ ਬਹੁਤ ਬਹੁਤ ਧੰਨਵਾਦ ਇਹਨਾਂ ਦਾ। ਮੈਂ ਆਪਣੇ ਫਾਦਰ ਸਾਹਿਬ ਜੀ ਦਾ ਬਹੁਤ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਇਹ ਸ਼ਲਾਘਾਯੋਗ ਕੰਮ ਕਰ ਰਹੇ ਹਾਂ, ਅਤੇ ਇਹਨਾਂ ਦੀ ਟੀਮ ਦਾ ਅਤੇ ਇਹਨਾਂ ਦੇ ਸਿੱਧਾ ਮਿੱਤਰਾਂ ਦਾ ਧੰਨਵਾਦ ਕਰਦੇ ਜਿਨ੍ਹਾਂ ਨੇ ਇਹ ਸ਼ਲਾਘਾਯੋਗ ਕੰਮ ਕਰ ਰਹੇ ਆ ਜੀ। ਸੋ ਤੁਸੀਂ ਦੇਖ ਸਕਦੇ ਹੋਗੇ ਭੈਣਾਂ ਨੂੰ ਜਿਹੜਾ ਵਾ ਸ਼ੋਲ ਭੇਟਾ ਕੀਤੀ ਜਾ ਰਹੀ ਇਸ ਕੜਾਕੇ ਦੀ ਠੰਡ ਦੇ ਵਿੱਚ। ਕਹਿੰਦੇ ਜੀ ਸਾਨੂੰ ਰੂਹ ਨੂੰ ਜਿਹੜਾ ਵਾ ਉਹ ਖੁਸ਼ੀ ਮਿਲਦੀ ਹੈ ਜੀ। ਆਹ ਤੁਸੀਂ ਦੇਖ ਸਕਦੇ ਹੋ ਆਪਣਾ ਭੈਣਾਂ ਨੂੰ ਆਵਾਜ਼ ਮਾਰੀ ਜਾ ਰਹੀ ਆ, ਅਤੇ ਇਹ ਸੇਵਾ ਜਿਹੜੀ ਪੁੰਨ ਵਾਲੀ ਆ ਉਹ ਖੱਟੀ ਜਾ ਰਹੀ ਆ। ਸੋ ਇਸ ਕੜਾਕੇ ਦੀ ਠੰਡ ਦੇ ਵਿੱਚ ਜਿਹੜਾ ਵਾ ਅਸੀਂ ਉਹਨਾਂ ਬੀਬੀਆਂ ਅਤੇ ਭੈਣਾਂ ਨਾਲ ਗੱਲ ਕਰ ਲਾਂਗੇ ਜਿਨ੍ਹਾਂ ਨੂੰ ਅੱਜ ਜਿਹੜਾ ਵਾ ਇਹ ਸ਼ੋਲ ਜਿਹੜੇ ਆ ਭੇਟ ਕੀਤੇ ਗਏ ਆ, ਅਤੇ ਭੈਣ ਜੀ ਹੁਣੀ ਕਰ ਰਹੇ ਨੇ ਅਸੀਂ ਇਹਨਾਂ ਨਾਲ ਗੱਲਬਾਤ ਕਰ ਲਈ। ਭੈਣ ਜੀ ਪਿਆਰ ਭਰੀ ਸਤਿ ਸ਼੍ਰੀ ਅਕਾਲ। ਹਾਂਜੀ, ਬਹੁਤ ਵਧੀਆ ਜੀ। ਸਾਡੇ ਭੋਲੇ ਵੀਰ ਜੀ ਨੇ ਵਿਧਵਾ ਜਨਾਨੀਆਂ ਨੂੰ ਸਾਨੂੰ ਬੀਬੀਆਂ ਨੂੰ ਬਹੁਤ ਇਹਨਾਂ ਦੀ ਧੰਨਵਾਦ ਆ ਜਿਹੜੇ ਇਹੋ ਜਿਹੀ ਠੰਡ ਦੇ ਵਿੱਚ ਸਾਨੂੰ ਸੋਲ ਦਵਾਏ ਆ, ਅਤੇ ਇਹਨਾਂ ਦੀ ਬਹੁਤ ਧੰਨਵਾਦ ਆ। ਸਾਰੀ ਗੱਲਬਾਤ ਇਹਨਾਂ ਦੇ ਨਾਲ ਵੀਰ ਜੀ ਬਹੁਤ ਚੰਗੇ ਆ, ਅਤੇ ਬਹੁਤ ਕਿਸੇ ਨੇ ਕਦੀ ਪਹਿਲਾਂ ਉਪਰਾਲਾ ਕੀਤਾ ਇੱਦਾਂ ਦਾ? ਨਹੀਂ, ਸਾਡੇ ਨਹੀਂ, ਹੋਰ ਕੋਈ ਜੀ ਨਹੀਂ ਆਇਆ, ਕੋਈ ਨਹੀਂ ਆਇਆ ਸਾਡੇ ਇੱਥੇ। ਹਾਂਜੀ ਹਾਂਜੀ। ਤਾਂ ਕਿਵੇਂ ਦੇਖਦੇ ਹੋ ਆਉਣ ਵਾਲੇ ਸਮੇਂ ਦੇ ਵਿੱਚ ਮਤਲਬ ਕਿੱਦਾਂ ਇੱਕ ਚੰਗਾ ਕਾਰਜ ਕਰ ਰਹੇ ਨੇ, ਚੰਗਾ ਕੰਮ? ਬਹੁਤ ਵਧੀਆ, ਬਹੁਤ ਵਧੀਆ ਕੰਮ ਕਰ ਰਹੇ, ਬਹੁਤ ਵਧੀਆ ਚੱਲ ਰਹੇ ਆ। ਗੱਲ ਵੀ ਖਰੀ, ਇਹ ਨਹੀਂ ਕਿਸੇ ਨੂੰ ਹੇਰਾ ਫੇਰੀ ਨਾ ਕਹਿਣਾ, ਜੋ ਵੀ ਕਹਿਣਾ ਆਪਣੇ ਮੂੰਹ ਤੇ ਕਹਿ ਦੇਣਾ ਉਹਨਾਂ ਨੇ। ਤਾਂ ਬੜੇ ਲੰਬੇ ਸਮੇਂ ਤੋਂ ਤੁਹਾਡੇ ਜਿਹੜੇ ਇਲਾਕੇ ਦੀ ਚੱਲਦੇ ਰਹੇ ਆ, ਬਹੁਤ ਚੱਲਦੇ ਰਹੇ ਆ, ਬਹੁਤ ਵਧੀਆ ਰਹੇ ਆ। ਹਾਂ, ਹੁਣ ਤੋਂ ਹੀ ਨਹੀਂ, ਬਹੁਤ ਜਵਾਨੀ ਵਾਰੇ ਤੋਂ ਵੀਰ ਜੀ ਬਹੁਤ ਠੀਕ ਆ। ਧੰਨਵਾਦ ਜੀ। ਸੋ ਭੈਣ ਜੀ, ਅੱਜ ਇਲਾਕੇ ਦੇ ਵਿੱਚ ਕਾਫੀ ਸ਼ੋਲ ਦੀ ਸੇਵਾ ਭੇਟ ਕੀਤੀ, ਕਿਉਂਕਿ ਕੜਾਕੇ ਦੀ ਠੰਡ ਪੈ ਰਹੀ ਹੈ, ਬੀਬੀਆਂ ਦਾ ਭੈਣਾਂ ਦਾ ਵੀ ਸੋਚਿਆ। ਲੰਬੇ ਸਮੇਂ ਤੋਂ ਜਿਹੜੇ ਤਰਸੇਮ ਸਿੰਘ ਜੀ ਭੋਲਾ ਜੀ ਨੇ ਸੇਵਾ ਕਰ ਰਹੇ ਨੇ ਇਲਾਕੇ ਦੀ, ਤਾਂ ਕਿਵੇਂ ਦੇਖਦੇ ਹੋ ਅੱਜ ਆਪਣੀ ਟੀਮ ਦੇ ਨਾਲ ਆਏ ਆ? ਹਾਂਜੀ, ਬਹੁਤ ਵਧੀਆ ਹੈ ਭੋਲੇ ਦਾ ਸਾਰਾ ਹਿਸਾਬ ਕਿਤਾਬ ਠੀਕ ਆ, ਸਾਰੇ ਗਰੀਬਾਂ ਵਾਸਤੇ ਸਹੂਲਤਾਂ ਵੀ ਕਰਦੇ ਆ, ਕਿ ਕਣਕ ਵਾਸਤੇ ਵੀ ਮਤਲਬ ਬੱਤੀ ਵਾਸਤੇ ਵੀ ਸਾਰੇ ਮਤਲਬ ਦਿੰਦੇ ਰਹੇ ਸਾਥ। ਹੁਣ ਆਪਾਂ ਚਾਹੁੰਦੇ ਫਿਰ ਇਹਨਾਂ ਨੂੰ ਅੱਗੇ ਲਿਆਉਣ ਦੀ ਕੋਸ਼ਿਸ਼ ਕਰਦੇ ਹਾਂ। ਹਾਂਜੀ, ਬਹੁਤ ਵਧੀਆ ਕਿ ਚੌਲ ਇਹਨਾਂ ਨੇ ਵੰਡੇ ਆ, ਵਿਧਵਾ ਜਨਾਨੀਆਂ ਨੇ ਬਹੁਤ ਭੈਣ ਭਰਾਵਾਂ ਦਾ ਸੋਚਿਆ, ਗਰੀਬਾਂ ਦਾ। ਹਾਂਜੀ, ਬਹੁਤ ਵਧੀਆ ਬੰਦੇ। ਸੋ ਇੱਦਾਂ ਦੇ ਉਪਰਾਲੇ ਜਿਹੜੇ ਕਹਿੰਦੇ ਅਸੀਂ ਅੱਗੇ ਵੀ ਕਰਦੇ ਰਹਾਂਗੇ, ਸਾਡਾ ਜਿਹੜਾ ਟਾਸਕ ਬਣਿਆ ਕਿ ਸਾਰੇ ਮਕਬੂਲਪੁਰੇ ਵਿੱਚ ਤਕਰੀਬਨ 400 ਤੋਂ ਜਿਹੜਾ ਸ਼ੋਲ ਦੀ ਜਿਹੜੀ ਮਾਤਰਾ ਦੇ ਵਿੱਚ ਉਹ ਵੰਡੇ ਜਾਣਗੇ ਆਪਣਾ। ਸੋ ਤੁਸੀਂ ਇੱਦਾਂ ਦੀਆਂ ਜਿਹੜੀਆਂ ਖਬਰਾਂ ਜਿਹੜੀਆਂ ਉਹ ਸ਼ੇਅਰ ਕਰਨ ਵਾਲੀਆਂ ਹੁੰਦੀਆਂ ਹੁੰਦੀਆਂ ਮੇਰੇ ਵੀਰੋ, ਸੋ ਇੱਦਾਂ ਦੀਆਂ ਹੋਰ ਵੀ ਤਰੋ ਤਾਜ਼ਾ ਹੋਰ ਵੀ ਖਬਰਾਂ ਦੇਖਣ ਦੇ ਲਈ ਤੁਸੀਂ ਸਾਡੇ ਚੈਨਲ ਨਾਲ ਜ਼ਰਾ ਜ਼ਰੂਰ ਜੁੜੇ ਰਹੋ। ਮੈਂ ਤੁਹਾਡਾ ਦੋਸਤ ਅਤੇ ਹੋਸਟ ਮਿੱਤਰ ਲਵਗਿਲ ਸ਼ਾਹ, ਮੇਰੇ ਨਾਲ ਕੈਮਰਾਮੈਨ ਮਨਜਿੰਦਰ ਸਿੰਘ ਸੋਨੂੰ, ਵਰਲਡ ਪੋਸਟ ਇੰਡੀਆ।